अस्सलाम वालेकुम, सत श्री अकाल। लहिंदे ते चढ़दे पंजाब दी सांझ नूं लै के वीरो असीं अज पहुंचे हां पिंड सलीमकोट, सलीमकोट चाल, ज़िला पाकपतन। असीं अज इन्हां बजुर्गों कोल पहुंचे हां, बाबा बूटा कौम अंसारी। इन्हां दा पछोकड़ वाला पिंड सी छोटा घोलिया, तहसील मोगा ते ज़िला फिरोजपुर। आओ वीरो सुनदे हां बाबा जी होरां तों उन्हां दीआं ओह गल्लां। ਸਲਾਮੁਅਲੈਕੁਮ ਬਾਬਾ ਜੀ। ਵਾਲੇਕੁਮ ਸਲਾਮ ਜੀ। ਕੀ ਨਾਂ ਹੈ ਤੁਹਾਡਾ? ਬੂਟਾ ਜੀ, ਮੇਰਾ ਨਾਮ ਮਮਨ ਬੂਟਾ। ਅੱਛਾ, ਕਿਹੜੀ ਬਰਾਦਰੀ ਹੈ? ਅਨਸਾਰੀ। ਤੇ ਤੁਹਾਡੇ ਅੱਬਾ ਜੀ ਦਾ ਕੀ ਨਾਂ ਸੀ? ਸਦਰਦੀਨ। ਸਦਰਦੀਨ। ਅਸੀਂ ਬਾਬਾ ਜੀ 1947 ਦੇ ਜੋ ਉਜਾੜੇ ਨੇ, ਉਹਨਾਂ ਬਾਰੇ ਆਏ ਹਾਂ ਤੁਹਾਡੇ ਕੋਲ। ਸਾਨੂੰ ਸਾਰਿਆਂ ਤੋਂ ਪਹਿਲਾਂ ਉੱਧਰ ਪਿੰਡ ਦੱਸੋ ਆਪਣਾ। ਪਿੰਡ ਘੋਲੀਆ ਸਾਡਾ ਜੀ, ਬਿਲਕੁਲ। ਕਿਹੜਾ? ਛੋਟਾ ਛੋਟਾ ਘੋਲੀਆ, ਤਹਿਸੀਲ ਮੋਗਾ, ਥਾਣਾ ਬਾਘੇ ਵਾਲਾ, ਤੇ ਜ਼ਿਲ੍ਹਾ ਜ਼ਿਲ੍ਹਾ ਫਿਰੋਜ਼ਪੁਰ। ਜ਼ਿਲ੍ਹਾ ਫਿਰੋਜ਼ਪੁਰ। ਬਾਬਾ ਜੀ, ਜਿਹੜਾ ਪਿੰਡ ਸੀ ਛੋਟਾ ਘੋਲੀਆ, ਹਾਂਜੀ, ਇਹ ਕਿੱਦਾਂ ਦਾ ਉਸ ਵੇਲੇ ਪਿੰਡ ਸੀ? ਇਹਦੀ ਚਾਰ ਗੁਆਰ ਸੀਗੇ, ਵੱਡੇ ਬਾਜ਼ਾਰ, ਚਾਰ ਵੱਡੇ ਬਾਜ਼ਾਰ ਸੀਗੇ, ਜਿਹਦੇ ਵਿੱਚ ਹਰ ਬਾਜ਼ਾਰ ਦੇ ਵਿੱਚ ਨਾ ਵਿਚਾਲੇ ਜਾ ਕੇ ਅੱਗੇ ਚੌਕ ਆ ਜਾਂਦਾ ਸੀ, ਉੱਥੇ ਵੱਡੇ ਵੱਡੇ ਪਿੱਪਲ ਲੱਗੇ ਸੀਗੇ ਹੈਂ, ਤੇ ਉੱਥੇ ਉਹਨਾਂ ਨੇ ਚੌਥੇ ਬਣਾ ਕੇ ਬੈਠਕ ਬਣਾਈ ਸੀ, ਅਸੀਂ ਉੱਥੇ ਜਾ ਕੇ ਬਹਿ ਵੀ ਜਾਂਦੇ ਸੀ ਸ਼ਾਮੇ, ਮੰਜੇ ਮੁੰਜੇ ਡਾਹ ਲੈਂਦੇ ਸੀ ਇਹਨਾਂ 'ਚ ਲੋਕ, ਅਸੀਂ ਉਹ ਜਾ ਕੇ ਉੱਥੇ ਖੇਡਦੇ ਰਹੇ, ਪੜ੍ਹਦੇ ਰਹੇ ਹਾਂ। ਮੈਂ ਸੀ 11-12 ਸਾਲਾਂ ਦਾ, ਤੇ ਉੱਥੇ ਜਦੋਂ ਜਾਣਾ ਨਾ ਸਕੂਲੇ, ਤੇ ਸਾਰੇ ਪਿੰਡ 'ਚ ਫਿਰਦਾ ਸੀ, ਮੈਨੂੰ ਸਾਰਾ ਹੋਸ਼ ਹੈ ਮੈਨੂੰ ਸਾਰੇ। ਉੱਥੇ ਪੜ੍ਹਦੇ ਵੀ ਰਹੇ ਤੁਸੀਂ? ਹਾਂ। ਕਿੰਨੀਆਂ ਜਮਾਤਾਂ ਪੜ੍ਹੀਆਂ ਉੱਥੇ? ਚੌਥੀ 'ਚ ਸੀਗਾ ਜਦੋਂ ਅਸੀਂ ਆਏ ਹਾਂ। ਤੇ ਜਿਹੜਾ ਤੁਹਾਨੂੰ ਪੜ੍ਹਾਉਂਦਾ ਸੀ ਉਹਦਾ ਨਾਂ ਕੋਈ ਚੇਤੇ ਹੈ, ਉਸਤਾਦ ਦਾ? ਉਹ ਭੁੱਲ ਗਿਆ ਜੀ, ਭੁੱਲ ਗਿਆ। ਹਾਂ, ਸਿੱਖ ਸੀਗਾ, ਬੁੱਟਰੋਂ ਆਉਂਦਾ। ਬੁੱਟਰੋਂ ਆਉਂਦਾ ਸੀ? ਹਾਂ, ਬੁੱਟਰ ਦਾ ਸੀ, ਮਾਸਟਰ ਸਾਈਕਲ 'ਤੇ ਆਉਂਦਾ ਸੀ ਜਿਹੜਾ ਉਸ ਦੌਰ 'ਚ। ਉਸ ਦੌਰ 'ਚ ਸਾਤੋਂ ਸੀਗਾ ਕੋਈ, ਉਹ ਤਕਰੀਬਨ 2-3 ਮੀਲ, 3 ਮੀਲ 4 ਮੀਲ ਦੂਰ, 4 ਮੀਲ। ਹਾਂ, ਸਾਈਕਲ 'ਤੇ ਆਉਣਾ ਉਹਨੇ, ਆ ਕੇ ਸਾਨੂੰ ਕਹਣਾ ਮਾਇਆ ਆ ਗਿਆ ਕਿਹੜਾ ਜਿਹਾ ਹਾਜ਼ਰ ਹੋਇਆ, ਸਖਤੀ ਹੁੰਦੀ। ਸ਼ਾਮ ਨੂੰ ਸਾਨੂੰ ਛੁੱਟੀ ਮਿਲਣੀ, ਇਹ ਨਹੀਂ ਵੀ 12 ਵਜੇ 11 ਵਜੇ, ਇਹ ਨਹੀਂ ਸੀ ਹੁੰਦਾ ਉਦੋਂ। ਅਤੇ ਸਿੱਖ ਮੁਸਲਮਾਨ ਇਕੱਠੇ ਪੜ੍ਹਦੇ ਸੀ? ਹਾਂ, ਇਕੱਠੇ। ਇਹਦੇ ਨਾਲ ਕੋਈ ਸਿੱਖਾਂ ਦੇ ਮੁੰਡੇ ਪੜ੍ਹਦੇ ਰਹੇ? ਹਾਂ, ਸਿੱਖਾਂ ਦੇ ਵੀ ਪੜ੍ਹਦੇ ਸੀਗੇ, ਹਿੰਦੂਆਂ ਦੇ ਵੀ ਪੜ੍ਹਦੇ ਸੀ। ਕੋਈ ਨਾਂ ਯਾਦ? ਸਿੱਖਾਂ ਦੇ ਮੁੰਡੇ ਦਾ ਨਾਂ ਨਹੀਂ, ਹੁਣ ਭੁੱਲ ਭੱਲ ਗਏ। ਸਕੂਲ ਕਿਹੜੇ ਪਾਸੇ ਸੀ ਤੁਹਾਡਾ? ਸਕੂਲ ਪਾਸੇ ਸਾਡਾ ਸੀਗਾ, ਮਤਲਬ ਐਸ ਸਾਈਡ ਕੀ ਵੱਜਦੀ ਹੈ, ਚੜ੍ਹਦੀ ਨਹੀਂ, ਚੜ੍ਹਦੀ ਨਹੀਂ, ਆ ਤਾਂ ਚੜ੍ਹਦੀ ਆ ਰਹਿੰਦੀ ਆ, ਐਸ ਪਾ ਐਨ ਮਸਜਿਦ ਸੀ ਨਾ ਸਾਡੀ, ਐਸ ਸਾਈਡ 'ਤੇ ਸੀ ਪਾਸੇ 'ਤੇ, ਬਾਹਰ ਬਾਹਰ ਦੱਖਣ ਵਾਲੇ ਨੂੰ। ਹਾਂ, ਬਾਹਰਲੇ ਪਾਸੇ, ਬਾਹਰਲੇ ਪਾਸੇ ਸਕੂਲ ਸੀ ਸਾਡਾ। ਅਤੇ ਮਸਜਿਦ ਆਪਣੀ? ਮਸਜਿਦ ਸੀਗੀ ਸਾਡੀ ਚੜ੍ਹਦੇ ਪਾਸੇ, ਉੱਥੇ ਛੋਟੀ ਜਿਹੀ ਸੀਗੀ, ਪੱਕੀ ਛੋਟੀ ਜਿਹੀ, ਇੱਕ ਦੁਹਾੜਾ ਜ਼ਮੀਨ ਸੀ ਸਾਡੀ, ਵਿੱਚ ਟਾਹਲੀਆਂ ਬਹੁਤ ਲੱਗੀਆਂ ਹੋਈਆਂ ਸੀ, ਨਹਾਉਣ ਵਾਲੇ ਖੂਹੇ ਬਣੇ ਹੋਏ ਸੀਗੇ, ਆਮ ਉੱਥੇ ਨਲਕੇ ਨੁਲਕੇ ਨਹੀਂ ਸੀ ਹੁੰਦੇ, ਇੱਕ ਖੂਹ ਹੁੰਦੀ ਸਾਡੇ, ਅਸੀਂ ਮੇਰਾ ਪਿਓ ਨੇ ਜਦੋਂ ਪੱਠੇ ਲੈ ਕੇ ਆਉਣਾ ਨਾ ਸਿੱਟ ਕੇ, ਅਤੇ ਮੈਨੂੰ ਨਾਲ ਲੈ ਕੇ ਜਾਣਾ ਸੀ, ਨਹਾ ਕੇ ਆਉਂਦੇ ਰਹੇ ਮਸੀਤੇ, ਉਹਨੇ ਪਾਣੀ ਪਾਉਣ ਲੱਗ ਜਾਣਾ, ਮੈਂ ਨਹਾਉਣ ਲੱਗ ਜਾਣਾ, ਫਿਰ ਮੈਂ ਬਾਹਰ ਖੜ ਜਾਣਾ, ਉਹਨੇ ਨਹਾਉਣਾ ਹੈ ਉੱਥੇ। ਫਿਰ ਇੱਕ ਫਕੀਰ ਇਹਨਾਂ ਨੂੰ ਰੱਖ ਆਇਆ ਸੀਗਾ, ਨਾਲ ਹੀ ਸੀ ਗੁਰਦੁਆਰਾ ਸਾਡਾ, ਗੁਰਦੁਆਰਾ ਅਤੇ ਮਸਜਿਦ ਸਾਂਝੀ ਸੀ, ਆ ਜਿਹੜਾ ਮਹਰਾਬ ਆ ਨਾ ਸਾਡਾ, ਇਹ ਗੁਰਦੁਆਰੇ ਦੇ ਵਿੱਚ ਸੀਗਾ, ਐ ਨਾ ਗੁਰਦੁਆਰੇ ਸਕਾਂਦਾ ਨਾ, ਅਤੇ ਮਹਰਾਬ ਹੈਗਾ ਵਿੱਚ ਸੀਗਾ, ਦੇਖ ਲਾ ਪਿਆਰ ਸੀ। ਹਾਂ, ਇੰਨਾ ਪਿਆਰ ਸੀ ਪਹਿਲਾਂ ਤੁਹਾਡੇ ਪਿੰਡ ਵਾਲਿਆਂ, ਪਿੰਡ ਵਾਲਿਆਂ ਦਾ ਇੱਕੇ ਸਾਂਝ ਸੀਗੀ ਜਗ੍ਹਾ, ਮਤਲਬ ਇਹ ਜਗ੍ਹਾ ਸਾਡੀ ਸੀ ਇੱਕੇ ਥਾਂ, ਹਿੰਦੂਆਂ ਦੀ ਵੀ, ਸਿੱਖਾਂ ਦੀ ਵੀ ਅਤੇ ਮੁਸਲਮਾਨਾਂ ਦੀ ਵੀ, ਇਕੱਠੀ ਜਗ੍ਹਾ, ਇਕੱਠੀ ਜਗ੍ਹਾ ਸੀ, ਅੱਧਾ ਡੇਰਾ ਉਹਨਾਂ ਦਾ ਸੀ ਸਿੱਖਾਂ ਦਾ। ਨਾਲ ਨਾਲ ਪਿੰਡ ਕਿਹੜੇ ਸੀ ਉੱਥੇ? ਨਾਲ ਨਾਲ ਜੀ, ਵੱਡਾ ਘੋਲੀਆ, ਦੁਨੇ ਕੀ, ਮਾਣੂ ਕੇ, ਹੈ ਚੜਿਕ, ਚੜਿਕ ਮੰਡੀ ਲੱਗਦੀ ਸੀ ਸਾਡੇ, ਹੈ ਉੱਥੇ ਵੀ ਜਾਂਦੇ ਰਹੇ ਹਾਂ ਅਸੀਂ, ਚੜਿਕ ਹੈ, ਅਤੇ ਆਪਣੇ ਇਹ ਲਾਲ ਲਾਲ ਸੀਗੇ, ਇੱਕ ਹੋਰ ਕਿਹੜਾ ਸੀ, ਰਣੀਆਂ, ਹੈ ਐਨ ਐਨ ਆਈਏ ਨਾ, ਅਤੇ ਇਹ ਰਣੀਆਂ ਸੀਗਾ,
ਨਹਿਰ ਬਿਲਕੁਲ ਘਰਾਟ ਲੱਗੇ ਸੀ ਪੰਜ ਚੱਕੀਆਂ ਆਟਾ ਉੱਥੇ ਭਿਉਣਾ ਹੁੰਦਾ ਸੀ ਜਾ ਕੇ ਨਹਿਰ ਤੋਂ ਦਰਬਾਰ ਸਾਡੇ ਕੋਈ ਨੀ ਸੀਗਾ ਤੇ ਪੱਤੀਆਂ ਦੇ ਕੀ ਨਾਂ ਚੇਤੇ ਤੁਹਾਡੇ ਸਿੱਖਾਂ ਦਾ ਘਰ ਉੱਥੇ ਇੱਕੋ ਸੀਗਾ ਤੇ ਇੱਕ ਸੀਗਾ ਛੜਾਈ ਬੁੜਾ ਨਾਮ ਸੀ ਕੋਈ ਉਹਦਾ ਨਾਂ ਹੁਣ ਭੁੱਲ ਗਿਆ ਮੈਨੂੰ ਉਹ ਕਮੇਰ ਸਿੰਘ ਦਾ ਨਾਂ ਮੈਨੂੰ ਯਾਦ ਆ ਕਿ ਜਿਹਦੇ ਕੋਲ ਅਸੀਂ ਘਰੇ ਵੀ ਰਹੇ ਹਾਂ ਹੈ ਤੇ ਸਾਨੂੰ ਰਾਖੀ ਰੁਕੀ ਵੀ ਸਾਡੀ ਰੱਖਦਾ ਰਿਹਾ ਹਾਂ ਉਹ ਮੇਰੇ ਪਿਓ ਨੂੰ ਚਾਚਾ ਕਹਿੰਦਾ ਹੋਣਾ ਸੀਗਾ ਉਹਨੇ ਕਿਹਾ ਵੀ ਤੁਸੀਂ ਇੱਧਰ ਆ ਜਾਓ ਆ ਕੇ ਤੇ ਉਹ ਫਿਰ ਇੱਕ ਚਾਹੇ ਬੁੜੇ ਸੋਹਣੇ ਕਿ ਆਪਣੇ ਆਹ ਦੋ ਤਿੰਨ ਘਰ ਨੇ ਉੱਠ ਕੇ ਚਲੇ ਗਏ ਸੀਗੇ ਸਾਰੇ ਇਹਨਾਂ ਦਾ ਬਾਬਾ ਹੀਰਾ ਰਹਿ ਗਿਆ ਸੀਗਾ ਉਹਨਾਂ ਦਾ ਕੋਈ ਵੀ ਨਹੀਂ ਮੇਰੇ ਖਿਆਲ ਰਹਿ ਗਿਆ ਉਹ ਸਾਰੇ ਨਾ ਹੋਰ ਪਿੰਡ 'ਚ ਲੈ ਕੇ ਡਰਦੇ ਅਸੀਂ ਮੈਂ ਤਿੰਨ ਚਾਰ ਘਰ 'ਤੇ ਰਹਿ ਗਏ ਸੀਗੇ ਇਹ ਸਾਡੇ ਘਰ ਵੱਖਰੇ ਸੀਗੇ ਸਾਡੇ ਜਰਾ ਦੇ ਨਾ ਅਸੀਂ ਅਨਸਾਰੀ ਸੀ ਸਾਡੇ ਵੱਖਰੇ ਘਰ ਸੀਗੇ ਅਤੇ ਜ਼ਮੀਨ ਸਾਰਿਆਂ ਦੀ ਹੋਈ ਸੀ ਥੋੜ੍ਹੀ ਥੋੜ੍ਹੀ ਹਾਂ ਚਾਰ ਚਾਰ ਪੰਜ ਪੰਜ ਕਿੱਲੇ ਨਾ ਜ਼ਮੀਨ ਵੀ ਸਾਡੇ ਸੀਗੀ ਸਾਡਾ ਪਿਆਰ ਬਹੁਤ ਮੁਹੱਬਤ ਬਹੁਤ ਸੀ ਜੀ ਉਹ ਇੱਕ ਦੂਜੇ ਨੂੰ ਵਿਆਹ ਸ਼ਾਦੀ 'ਚ ਮਦਾਰ ਕਰਦੇ ਸੀ ਇੱਕ ਦੂਜੇ ਪਿੰਡ ਵਾਲੇ ਨਾ ਜੇਕਰ ਮੀਆਂ ਸ਼ਾਦੀ ਰੱਖੀ ਆ ਹਾਂਜੀ ਜਿਹੜੀ ਸ਼ਾਇਦ ਜ਼ਰੂਰ ਕਰ ਲਿਓ ਇੰਨਾ ਪਿਆਰ ਮੁਹੱਬਤ ਸਿੱਖਾਂ ਨਾਲ ਸੀਗਾ ਇਹਦਾ ਮਗਰੋਂ ਆ ਕੇ ਫਿਰ ਡਾਕੂ ਵੀ ਹੈਗੇ ਤੁਹਾਡੇ ਡਾਕੂ ਹੈ ਤਾਂ ਸੀਗੇ ਪਰ ਉਹ ਹੁਣ ਮੈਨੂੰ ਚੇਤਾ ਨਾਂ ਨਹੀਂ ਚੇਤਾ ਹੈ ਕਮੇਰ ਸਿੰਘ ਦਾ ਨਾਂ ਹੈ ਹਾਂ ਇਹ ਪਤਾ ਜਦੋਂ ਤੁਸੀਂ ਆਏ ਹੋ ਤੁਹਾਨੂੰ ਵੀ ਕਿਵੇਂ ਪਤਾ ਲੱਗਿਆ ਵੀ ਹੁਣ ਵੰਡ ਹੋ ਗਈ ਸਾਨੂੰ ਇੱਥੇ ਜਾਣਾ ਪਊਗਾ ਅੱਛਾ ਮੈਂ ਚੌਥੀ 'ਚ ਪੜ੍ਹਦਾ ਸੀ ਜੀ ਹਾਂ ਚੌਥੀ 'ਚ ਪੜ੍ਹਦਾ ਸੀ ਅਖਬਾਰ ਆਉਂਦੇ ਸੀ ਅੱਛਾ ਹੈ ਅਤੇ ਇਹਨਾਂ ਇਸ਼ਤਿਹਾਰ ਲਾ ਤੇ ਸਕੂਲ ਨੇ ਹੈ ਇਹਨਾਂ ਦਾ ਆਤਾ ਮੁਸਲਮਾਨ ਭਾਈ ਭਾਈ ਆ ਕੋਈ ਜ਼ਰੂਰਤ ਨਹੀਂ ਹੈ ਵੰਡ ਕਰਨ ਦੀ ਸਕੂਲ 'ਚ ਅਸੀਂ ਕਿਹਾ ਵੀ ਆਹ ਇਸ਼ਤਿਹਾਰ ਸਕੂਲ ਦੇ ਆ ਗਏ ਸਾਡੇ ਉਹ ਪੜ੍ਹਦੇ ਸੀ ਨਾ ਇਸ਼ਤਿਹਾਰ ਆ ਗਿਆ ਇਸ ਤਰ੍ਹਾਂ ਕਰਕੇ ਅਤੇ ਵੀ ਮੁਸਲਮਾਨ ਭਾਈ ਭਾਈ ਉਹ ਕਹਿੰਦੇ ਵੰਡ ਨਹੀਂ ਹੋਣੀ ਚਾਹੀਦੀ ਹੈ ਅਸੀਂ ਇੱਕੋ ਕੁਛ ਨਹੀਂ ਆ ਇਹ ਤਾਂ ਆਪਣੇ ਜਿਹੜਾ ਸੀ ਨਾ ਕੈਦੇ ਆਜ਼ਮ ਉਹਨੇ ਫਿਰ ਰੌਲਾ ਪਾਇਆ ਉਹਨੇ ਕਿਹਾ ਵੀ ਨਹੀਂ ਭਾਈ ਭਾਈ ਅਸੀਂ ਨਹੀਂ ਗਏ ਅਸੀਂ ਇੱਕ ਦੂਜੇ ਦੇ ਕੋਲ ਬਹਿ ਨਹੀਂ ਸਕਦੇ ਰੋਟੀ ਨਹੀਂ ਖਾ ਸਕਦੇ ਕਿਉਂ ਨਹੀਂ ਕਿਹਾ ਰੋਟੀ ਖਾਣ ਲੱਗੇ ਨੇ ਜਦੋਂ ਕਹਿੰਦਾ ਅੱਜ ਮੈਨੂੰ ਕਿਹਾ ਅੱਛਾ ਜੀ ਇੱਕ ਬੁਰਕੀ ਆਪ ਲੈ ਜੀ ਕਹਿੰਦੇ ਲਓ ਜੀ ਖਾਓ ਹੈ ਰਾਮ ਰਾਮ ਜੀ ਰਾਮ ਰਾਮ ਜੀ ਮੈਂ ਨਹੀਂ ਖਾ ਸਕਦਾ ਉਹਨੇ ਕਿਹਾ ਦੇਖ ਲਓ ਤੁਸੀਂ ਕਹਿੰਦੇ ਆ ਵੀ ਭਾਈ ਭਾਈ ਆ ਇਸ਼ਤਿਹਾਰ ਛਪਾ ਕੇ ਇਹਨਾਂ ਦੇ ਤੇ ਸਾਰੇ ਪਿੰਡਾਂ 'ਚ ਸਕੂਲਾਂ 'ਚ ਹੈਂ ਊਂ ਕਹਿੰਦੇ ਅਸੀਂ ਭਾਈ ਭਾਈ ਹਾਂ ਭਾਈ ਭਾਈ ਹਾਂ ਅਤੇ ਅਸਾਂ ਰੋਟੀ ਮੇਰੇ ਨਾਲ ਨਹੀਂ ਖਾਂਦਾ ਕਰਕੇ ਉਹ ਉਹਨੇ ਕਿਹਾ ਅੰਗਰੇਜ਼ ਕਹਿੰਦੇ ਠੀਕ ਆ ਹੈਂ ਉਹਨਾਂ ਫਿਰ ਉੱਥੋਂ ਕਿਵੇਂ ਨਿਕਲੇ ਪਿੰਡ ਅਸੀਂ ਜੀ ਸਾਡੇ ਪਿੰਡੋਂ ਜਿਹੜੇ ਸੀ ਨਾ ਉਹ ਬੂੜਾ ਅਤੇ ਕੀ ਨਾਂ ਉਹਦਾ ਸੋਹਣਾ ਮੋਹਣਾ ਬਹੁਤ ਸੀਗੇ ਅੱਛਾ ਅਤੇ ਉਹ ਜਿਹੜੇ ਸੀ ਨਾ ਉਹ ਬਹੁਤ ਘਰੋਂ ਨਿਕਲ ਕੇ ਸਾਨੂੰ ਲੱਗੇ ਸੀ ਮਾਰ ਉਹ ਕੋਈ ਫੌਜ 'ਚ ਵੀ ਸੀਗੇ ਨਾਰੇ ਸੀਗੇ ਉਹ ਫਿਰ ਰਹਿ ਗਏ ਫੌਜੀ ਸਾਡੇ ਪਿੰਡ ਉਹਨਾਂ ਕਿਹਾ ਲੈ ਵੀ ਗੱਲ ਸੁਣ ਲਓ ਅਸੀਂ ਕੱਲ੍ਹ ਨੂੰ ਪਰਸੋਂ ਨੂੰ ਆਉਣਾ ਇੱਥੇ ਬੰਦਾ ਸਾਡਾ ਕੋਈ ਜ਼ਾਇਆ ਨਾ ਹੋਵੇ ਪਿੰਡ 'ਚ ਗੇੜਾ ਦਿੱਤਾ ਉਹਨੇ ਪਛਤਾਵਾ ਰੱਖ ਸੀਗਾ ਉਹਨੇ ਹੈ ਅੱਛਾ ਅਤੇ ਉਹ ਪਰਸੋਂ ਨੇ ਗਏ ਸਾਨੂੰ ਪਿੰਡ ਤੋੜ ਕੇ ਲਿਆਏ ਤਿੰਨ ਦੋ ਤਿੰਨ ਮੀਲ ਉੱਥੇ ਗੱਡੀਆਂ ਆ ਗਈਆਂ ਵਿੱਚ ਟਰੱਕ ਦੇ ਵਿੱਚ ਭਵਾ ਲਿਆ ਸਾਨੂੰ ਫਿਰੋਜ਼ਪੁਰ ਛਾਉਣੀ 'ਚ ਆ ਗਏ ਛਾਉਣੀ ਦਰਿਆ ਦੇ ਪਾਲੇ ਪਾਸੇ ਐਂ ਛਾਉਣੀ ਆ ਇਧਰਲੇ ਪਾਸੇ ਰੈਡੀ ਸੀ ਕੈਂਪ ਸਾਡਾ ਲੱਗਿਆ
ਉੱਥੇ ਅਸੀਂ ਕੱਟੀ ਰਾਤ। ਸਵੇਰੇ ਉਸ ਤੁਰ ਕੇ ਨਾ ਉਸੋ ਹੀ ਤੁਰ ਕੇ ਹੈਡ ਲੰਘੇ ਗੰਡਾ ਸਿੰਘ, ਗੰਡਾ ਸਿੰਘ ਵਾਲਾ ਹੈਡ ਲੰਘ ਕੇ ਅਤੇ ਉਹਦਾ ਇੱਕ ਟਿੱਬਾ ਉੱਚਾ ਲਿਆ ਉਸ ਦਰਬਾਰ ਆ ਕਿਹਦਾ ਬਾਈ ਦਾ ਕਸੂਰ ਚ ਉਹ ਬੁੱਲੇ ਸ਼ਾਹ ਦਾ ਨਹੀਂ ਬੁੱਲੇ ਸ਼ਾਹ ਦਾ ਨੀ ਉਹ ਯਾਰ ਮੈਂ ਕੀ ਨਾਂ ਸੀਗਾ ਉੱਥੇ ਚੜ੍ਹ ਕੇ ਜਾਣਾ ਪੈਂਦਾ ਤਹਾਂ ਨੂੰ ਉਹ ਟਿੱਬੇ ਦੇ ਉੱਤੇ ਆ ਦਰਬਾਰ ਪੱਕੀ ਦੇ ਉੱਤੇ ਆ ਪੈਕੀ ਆਉਂਦੀ ਸੀ ਉਧਰੋਂ